ਬਠਿੰਡਾ ਚੱਲਦੇ ਹਾਂ ਜਿੱਥੇ ਸ਼ਰਿਆਮ ਚਿੱਟਾ ਵਿਕ ਰਿਹਾ ਹੈ। ਨਸ਼ਾ ਛੁਡਾਊ ਕੇਂਦਰ ਦੇ ਬਾਹਰ ਨਸ਼ਾ ਵੇਚਣ ਦੀ ਵੀਡੀਓ ਵਾਇਰਲ ਹੋਈ ਹੈ। ਨਸ਼ੇੜੀ ਨਸ਼ਾ ਪੂਰਤੀ ਕਰਨ ਲਈ ਚੋਰੀਆਂ ਕਰ ਰਹੇ ਨੇ, ਪਰ ਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲੱਗੇ ਨੇ। ਬਠਿੰਡਾ ਦੇ ਗ੍ਰੋਥ ਸੈਂਟਰ ਦੇ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਵੱਲੋਂ ਹੀ ਨਸ਼ੀਲੀਆਂ ਗੋਲੀਆਂ ਵੇਚੀਆਂ ਜਾ ਰਹੀਆਂ ਨੇ। ਇਸ ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਵਾਇਰਲ ਹੋਈ ਵੀਡੀਓ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜਕਾ ਦਿੱਤੇ। ਨਸ਼ੇੜੀ ਨੌਜਵਾਨਾਂ ਦੇ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਹਦੇ ਸਥਾਨਕ ਨਿਵਾਸੀਆਂ ਦੇ ਵੱਲੋਂ ਕਈ ਵਾਰ ਪੁਲਿਸ ਚੌਕੀ ਬਣਾਏ ਜਾਣ ਦੀ ਮੰਗ ਚੁੱਕੀ ਗਈ ਹੈ। ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਵੀਡੀਓ ਹੈ ਜਿਹੜੀ ਵਾਇਰਲ ਹੋ ਰਹੀ ਹੈ। ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਦੀ ਵੀਡੀਓ ਹੈ ਜਿੱਥੇ ਸ਼ਰਿਆਮ ਨਸ਼ਾ ਵਿਕ ਰਿਹਾ ਹੈ ਅਤੇ ਨਸ਼ਾ ਛੱਡਣ ਆਏ ਨੌਜਵਾਨ ਹੀ ਨਸ਼ੀਲੀਆਂ ਗੋਲੀਆਂ ਇੱਥੇ ਵੇਚ ਰਹੇ ਨੇ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਪਰ ਸਵਾਲ ਇਹ ਹੈ ਕਿ ਇਸ ਵੀਡੀਓ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਖੜੇ ਕੀਤੇ ਨੇ। बेचते हैं लोग आते हैं तो जब कोई बेचने वाला होता है कोई किनने वाला होता है, जब पुलिस वाला के पता नहीं कैसे पता लग जाता है, जंगल में लुक जाते हैं, भाग जाते हैं। नशा छुड़ाऊ केंद्र है जी, ये सरकार का बनाया हुआ, दूसरा सरकारी अस्पताल तो 7-8 दिन 10 दिन रख के उदू बाद इतने शिफ्ट कर देंगे जी, वो सेंटर है। बाकी जोड़ियाँ गोलियां लगियां वह इतों मिल दी जी, इतना जी इतों गोली मिलती है जी वाली जी कि नशा छुड़ाऊ केंद्र चो मिलती है जी, ਉਹੀ ਗੋਲੀ ਇੱਥੋਂ ਲੈ ਲੈਂਦੇ ਆ, ਉਹੀ ਵੇਚ ਲੈਂਦੇ ਆ। ਸਰ ਇੱਕ ਗੱਲ ਇੱਦਾਂ ਹੈ ਜੀ, ਆਪਾਂ ਵੀ ਉਸ ਚੀਜ਼ ਤੋਂ ਬਹੁਤ ਪਰੇਸ਼ਾਨ ਆ ਜੀ, ਜਿਹੜੇ ਆਪਣੇ ਤੋਂ ਆਪਣੇ ਕੋਲ ਹੋਰ ਸੈਂਟਰ ਵੀ ਆ ਉੱਥੋਂ ਲੈ ਜਾਂਦੇ, ਕਈ ਜਿਹੜੇ ਹੁੰਦੇ ਆ ਲੋੜਵੰਦ ਜਿਹੜੇ ਹੁੰਦੇ ਆ ਉਹ ਵਧੀਆ ਕੰਮ ਕਰੀ ਵੀ ਜਾਂਦੇ ਆ, ਸਿਸਟਮ ਹੁੰਦਾ। ਕਈ ਹੁਣ ਜਿਵੇਂ ਨਹੀਂ ਸਿਸਟਮ ਹੋ ਰਿਹਾ ਉਹ ਆਪਦੀ ਲੈ ਜਾਂਦੇ, ਕਈ ਵੇਚਦੇ ਆ। ਅਸੀਂ ਇਹਦੀ ਸੂਚਨਾ ਐਸ ਸਾਹਿਬ ਨੂੰ ਵੀ ਦਿੱਤੀ ਹੈ, ਪੁਲਿਸ ਨੂੰ ਵੀ ਦਿੱਤੀ ਹੋਈ ਹੈ, ਕੋਟਸ਼ਮੀਰ ਆਪਣੇ ਚੌਂਕੀ 'ਚ ਵੀ ਖਬਰ ਹੈਗੀ ਹੈ, ਡਾਕਟਰ ਸਾਹਿਬਾਨ ਨਾਲ ਗੱਲ ਹੋਈ ਸੀ, ਉਹਨਾਂ ਨੇ ਗਾਂ ਉੱਤੇ ਵੀਰ ਸਾਹਿਬ ਤੱਕ ਵੀ ਗੱਲ ਪਹੁੰਚਾਈ ਹੋਈ ਹੈ। ਸਾਡੇ ਅਫਸਰ ਹੈਗੇ ਉਹਨਾਂ ਦੀ ਡਿਊਟੀ ਲਗਾਈ ਹੈਗੀ ਹੈ ਕਿ ਉਹ ਵਰਕਆਊਟ ਕਰਨ ਕਿ ਉਹ ਗੋਲੀਆਂ ਕਿੱਥੋਂ ਲਿਆਉਂਦੀ ਸੀਗੀਆਂ, ਕਿ ਉਹ ਹੋਰ ਸੈਂਟਰ ਦੀ ਲੀਕੇਜ ਹੋਈ ਹੈ ਜਾਂ ਉਹ ਬਾਹਰੋਂ ਲਿਆ ਕਰਕੇ ਕੋਈ ਬੰਦਾ ਵੇਚ ਰਿਹਾ ਸੀਗਾ। ਇਸ ਰਿਗਾਰਡਿੰਗ ਜਿਹੜੀ ਸਾਡੀ ਵੈਰੀਫਿਕੇਸ਼ਨ ਚੱਲ ਰਹੀ ਹੈ, ਜਿਹੜੀ ਬੰਦੂ ਕਾਨੂੰਨੀ ਕਾਰਵਾਈ ਉਹ ਕੀਤੀ ਜਾਊ। ਬਠਿੰਡਾ ਦੇ ਵਿੱਚ ਇੱਕ ਓਇਟ ਸੈਂਟਰ ਦੇ ਬਾਹਰ ਦੀ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਉਹ ਵੀਡੀਓ ਜਿਹੜੀ ਨਸ਼ਾ ਛਡਾਉਣ ਦੇ ਲਈ ਜਿਹੜੀ ਇੱਕ ਗੋਲੀ ਆਉਂਦੀ ਹੈ, ਜਿਸ ਨੂੰ ਜੀਭ ਦੇ ਥੱਲੇ ਰੱਖਣ ਵਾਲੀ ਗੋਲੀ ਵੀ ਕਿਹਾ ਜਾਂਦਾ, ਉਸ ਨੂੰ ਬਲੈਕ ਦੇ ਵਿੱਚ ਵੇਚਿਆ ਜਾ ਰਿਹਾ ਹੈ। ਆਖਰ ਉਹ ਗੋਲੀ ਕਿਸ ਜਗ੍ਹਾ ਤੋਂ ਕਿਵੇਂ ਆ ਰਹੀ ਹੈ, ਉਸ ਨੂੰ ਲੈ ਕੇ ਕਈ ਅਜੇ ਪ੍ਰਸ਼ਾਸਨ ਦੇ ਉੱਤੇ ਸਵਾਲ ਨੇ। ਫਿਲਹਾਲ ਇੱਕ ਤਸਵੀਰ ਜੋ ਤੁਹਾਨੂੰ ਅਸੀਂ ਦਿਖਾ ਦਈਏ, ਅਸੀਂ ਉਸ ਓਇਟ ਸੈਂਟਰ ਦੇ ਬਾਹਰ ਖੜੇ ਹੋਏ ਹਾਂ ਜਿੱਥੋਂ ਦੀ ਉਹ ਵੀਡੀਓ ਵਾਇਰਲ ਹੋ ਰਹੀ ਹੈ। ਇਹ ਤਸਵੀਰ ਪਹਿਲਾਂ ਦਿਖਾ ਦਈਏ ਕਿ ਜਿੱਥੇ ਅਕਸਰ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਨਸ਼ਾ ਛੁਡਾਊ ਕੇਂਦਰ ਤੋਂ ਜਦੋਂ ਰੈਫਰ ਕੀਤੇ ਹੋਏ ਜਿਹੜੇ ਮਰੀਜ਼ ਇਸ ਜਗ੍ਹਾ ਦੇ ਉੱਤੇ ਲਿਆਂਦੇ ਜਾਂਦੇ ਨੇ, ਇੱਥੇ ਇਹਨਾਂ ਦਾ ਕੋਰਸ ਕਰਵਾਇਆ ਜਾਂਦਾ ਤੇ ਇੱਥੇ ਹੀ ਇਹਨਾਂ ਨੂੰ ਜਿਹੜੀ ਉਹ ਨਸ਼ਾ ਛੁਡਾਉਣ ਵਾਲੀ ਜਿਹੜੀ ਗੋਲੀ ਹੈ ਉਹ ਮੁਹੱਈਆ ਹੁੰਦੀ ਹੈ। ਸਾਡੇ ਦੁਕਾਨ ਦੇ ਅੱਗੇ ਪਿੱਛੇ ਅਸੀਂ 20 ਵਾਰੀ ਕਹਿੰਦੇ ਹਾਂ ਬਈ ਸਾਡੇ ਦੁਕਾਨ ਤੇ ਅੱਗੇ ਪਿੱਛੇ ਨਾ ਤੁਸੀਂ ਖੜਾ ਕਰੋ, ਉਹ ਕਹਿ ਦਿੰਦੇ ਤੁਹਾਡੇ ਜਿਹੜਾ ਰਜਿਸਟਰੀ ਕਰਾਈ ਹੋਈ ਹੈ, ਅਸੀਂ ਤੇ ਇੱਥੇ ਖੜਾਂਗੇ, ਡੇਲੀ ਸਾਡੇ ਨਾਲ ਲੜਾਈ ਕਰਦੇ। ਕੱਲ ਸਰ ਮੇਰੇ 8 ਖਾਣੇ ਦਾ ਆਰਡਰ ਆਇਆ ਸੀ, ਮੈਂ ਡਾਕਟਰ ਕੋਲੇ ਵੀ ਗਈ ਸੀ, ਡਾਕਟਰ ਮਾਨ ਕੋਲੇ, ਇਹਨਾਂ ਦੇ ਸਹਾਰੇ ਮੈਂ ਬੈਠੀ, ਇਹਨਾਂ ਦੀ ਹੈਲਪ ਮਿਲਦੀ ਹੈ ਮੈਨੂੰ, ਹੈਲਪ ਮਿਲਦੀ ਹੈ ਪਾਣੀ ਥਾਣੀ ਜੋ ਕੋਈ ਚੀਜ਼ ਦੀ ਹੈ। ਡਾਕਟਰ ਮਾਨ ਬਹੁਤ ਹੀ ਚੰਗੇ ਬੰਦੇ ਨੇ, ਉਹ ਗਰੀਬਾਂ ਦੀ ਬਹੁਤ ਹੈਲਪ ਕਰਦੇ ਆ। ਇਹ ਜਿਹੜੀ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਕਿ ਜਿਹੜੇ ਉਹ ਦੋ ਨੌਜਵਾਨ ਲੜਕੇ ਸੀ ਨਸ਼ੇੜੀ ਸੀ, ਉਹ ਆਪਸ ਦੇ ਵਿੱਚ ਨੈਗੋਸ਼ੀਏਟ ਕਰ ਰਹੇ ਨੇ ਪੈਸੇ ਨੂੰ ਲੈ ਕੇ, ਕੀ ਪੂਰਾ ਮਾਮਲਾ ਹੈ, ਇਹ ਕਿਵੇਂ ਲੈ ਕੇ ਆਉਂਦੇ ਆ ਬਾਹਰ ਗੋਲੀ, ਕਿਉਂਕਿ ਇਹ ਤਾਂ ਡਾਕਟਰ ਪਤਾ ਨਹੀਂ ਕਿ ਕਿੱਥੋਂ ਲੈ ਕੇ ਆਉਂਦੇ ਕਿੱਥੋਂ ਨਹੀਂ ਲੈ ਕੇ। ਗੱਲ ਕਰ ਸਰ ਜੀ, ਸਵੇਰ ਅਸੀਂ ਦੁਕਾਨ ਖੋਲਦੇ ਉਸ ਤੋਂ ਪਹਿਲਾਂ ਇੱਥੇ ਆ ਕੇ ਬਹਿ ਜਾਂਦੇ ਆ, ਤਾਂ ਸ਼ਾਮ 3 ਵਜੇ ਤੱਕ 4 ਵਜੇ ਤੱਕ 5 ਵਜੇ ਤੱਕ ਇੱਥੇ ਰਹਿੰਦੇ, ਜੋ ਅਸੀਂ ਬੋਲਦੇ ਤਾਂ ਸਾਨੂੰ ਵੀ ਡਰ, ਅਸੀਂ ਜਾਂਦੇ ਲੇਡੀ ਜੇ ਕਿਤੇ ਰਾਸਤੇ 'ਚ ਸਾਡਾ ਨੁਕਸਾਨ ਨਾ ਕਰਦੇ। ਸੋ ਇਹ ਇੱਕ ਮਹਿਲਾ ਹੈ ਜੋ ਇਸ ਜਗ੍ਹਾ ਦੇ ਉੱਤੇ ਢਾਬਾ ਚਲਾਉਂਦੀ ਹੈ, ਤੇ ਇਹਨਾਂ ਨੇ ਦੱਸਿਆ ਕਿ ਉਹਨਾਂ ਦਾ ਵੀ ਰੋਜ਼ਗਾਰ ਪ੍ਰਭਾਵਿਤ ਹੋ ਰਿਹਾ, ਪਰ ਇਹ ਜਿਹੜੀ ਗੋਲੀ ਹੈ ਜੋ ਨਸ਼ਾ ਛਡਾਉਣ ਦੇ ਲਈ ਵਰਤੀ ਜਾਂਦੀ ਹੈ, ਇਹ ਆਖਰ ਬਾਹਰ ਕਿਸ ਤਰੀਕੇ ਨਾਲ ਆ ਜਾਂਦੀ ਹੈ ਤੇ ਕਿਵੇਂ ਇਹਨਾਂ ਜੋ ਨਸ਼ਾ ਕਰਨ ਦੇ ਆਦੀ ਨੇ ਇਹਨਾਂ ਨੂੰ ਮੁਹੱਈਆ ਹੋ ਜਾਂਦੀ ਹੈ, ਕਿਉਂਕਿ ਕਈ ਸਵਾਲ ਜਿਹੜੇ ਨੇ ਉਹ ਸੁਰੱਖਿਆ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਤੇ ਹਸਪੀਟਲ ਦੇ ਸਟਾਫ ਦੇ ਉੱਤੇ ਵੀ। ਆਖਰ ਇਹ ਗੋਲੀ ਬਾਹਰ ਕਿਸ ਤਰੀਕੇ ਨਾਲ ਆਉਂਦੀ ਹੈ ਤੇ ਇਹ ਨਸ਼ਾ ਜਿਹੜਾ ਹੈ ਨਸ਼ਾ ਕਰਨ ਦੇ ਜਿਹੜੇ ਆਦੀ ਨੇ ਉਹਨਾਂ ਨੂੰ ਇਹ ਗੋਲੀ ਜਿਹੜੀ ਹੈ ਉਹ ਕਿਵੇਂ ਬਾਹਰ ਇਸ ਤਰੀਕੇ ਦੇ ਨਾਲ ਸਰੇਆਮ ਵੇਚੀ ਜਾ ਰਹੀ ਹੈ। ਦੱਸਦੇ ਨੇ ਕਿ ਨਸ਼ਾ ਕਰਨ ਦੇ ਜਿਹੜੇ ਆਦੀ ਨੇ ਉਹ ਇਸ ਜਗ੍ਹਾ ਤੇ ਨਸ਼ਾ ਵੀ ਵੇਚਦੇ ਨੇ ਤੇ ਇਹ ਜਿਹੜੀ ਜੀਭ ਵਾਲੀ ਗੋਲੀ ਜਿਸ ਨੂੰ ਦੱਸਦੇ ਨੇ ਉਹ ਵੀ ਇਸ ਤਰੀਕੇ ਨਾਲ ਵੇਚੀ ਜਾ ਰਹੀ ਹੈ ਕਿ ਧੜੱਲੇ ਦੇ ਨਾਲ ਵੇਚੀ ਜਾ ਰਹੀ ਹੈ, ਪਰ ਇਸ ਨੂੰ ਲੈ ਕੇ ਅਜੇ ਤੱਕ ਪੁਲਿਸ ਨੂੰ ਪਤਾ ਹੋਣ ਤੋਂ ਬਾਅਦ ਵੀ ਹੱਲ ਨਹੀਂ ਪਾਈ ਜਾ ਰਹੀ, ਤਾਂ ਕਈ ਸਵਾਲ ਜਿਹੜੇ ਨੇ ਆਮ ਲੋਕਾਂ ਦੇ ਨੇ ਕਿ ਇਹਨਾਂ ਨੂੰ ਕਦੋਂ ਰੋਕਿਆ ਜਾਵੇਗਾ, ਕਿਉਂਕਿ ਇਹ ਆਮ ਲੋਕਾਂ ਦੇ ਲਈ ਤੇ ਉਹਨਾਂ ਦੇ ਰੋਜ਼ਗਾਰ ਦੇ ਲਈ ਇੱਕ ਵੱਡੀ ਆਫਤ ਬਣੀ ਹੋਈ ਹੈ। ਬਠਿੰਡਾ ਤੋਂ ਗੌਤਮ ਕੁਮਾਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ।